ਆਮ ਆਦਮੀ ਪਾਰਟੀ ਸੰਸਦ ਭਗਵੰਤ ਮਾਨ ਦੇ ਵੱਲੋਂ ਅੱਜ ਤਰਨ ਤਾਰਨ ਦੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਭਾਰੀ ਗਿਣਤੀ ਵਿੱਚ ਆਮ ਆਦਮੀ ਵਰਕਰ ਵੀ ਹਾਜ਼ਰ ਸਨ। ਇਸ ਮੌਕੇ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ 12,000 ਏਕੜ ਫਸਲ ਤਬਾਹ ਹੋ ਗਈ ਹੈ। ਇਸ ਮੌਕੇ ਤੇ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਰਨ ਤਾਰਨ ਦੇ ਸਰਹੱਦੀ ਇਲਾਕੇ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਬਿਆਸ ਦਰਿਆ ਦੇ ਵਿੱਚ ਪੈਂਦੀਆਂ ਨੇ। ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਬਾਦ ਹੋ ਗਈਆਂ ਨੇ ਅਤੇ ਇੱਥੋਂ ਦੇ MLA ਮਿਨਿਸਟਰ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਕੋਈ ਵੀ ਪਤਾ ਨਹੀਂ ਕਰਨ ਆਇਆ। ਕਿਸਾਨਾਂ ਦੇ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ ਜਾਂਦਾ। ਇਹਨਾਂ ਕਿਸਾਨਾਂ ਦੇ ਸਿਰ ਤੇ ਵੋਟਾਂ ਤਾਂ ਲਈਆਂ ਜਾਂਦੀਆਂ ਨੇ, ਉਹਨਾਂ ਨੂੰ ਉਸ ਤੋਂ ਬਾਅਦ ਵਿਸਾਰ ਦਿੱਤਾ ਜਾਂਦਾ ਅਤੇ ਵਾਅਦੇ ਜੋ ਕੀਤੇ ਜਾਂਦੇ ਨੇ ਉਹ ਵੀ ਇਹਨਾਂ ਦੇ ਨਾਲ ਪੂਰੇ ਨਹੀਂ ਕੀਤੇ ਜਾਂਦੇ। ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿ ਮੰਡ ਦਾ ਇਲਾਕਾ ਜਿਹੜਾ 7,000 ਏਕ ਗੋਇੰਦਵਾਲ ਦੇ ਪੁੱਲ ਤੋਂ ਲੈ ਕੇ ਡੁੱਬ ਗਿਆ। ਵਿੱਚ ਹੀ ਮੋਟਰਾਂ, ਵਿੱਚ ਹੀ ਟਰਾਂਸਫਾਰਮਰ, ਘਰ ਵੀ ਰੁੜ ਗਏ। ਅੱਜ ਆ ਥੋੜ੍ਹਾ ਬਹੁਤ ਕਹਿੰਦੇ ਬੂਟੇ ਨੰਗੇ ਹੋਏ ਨੇ, ਨਹੀਂ ਆ ਪਾਣੀ ਇਹਨਾਂ ਤੋਂ ਉੱਪਰ ਸੀਗਾ। ਔਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਇੱਥੇ ਕੋਈ ਜ਼ਿੰਮੇਵਾਰ, ਕੋਈ ਮੰਤਰੀ, ਕੋਈ MLA MP ਆ ਕੇ ਇੱਥੇ ਇਹਨਾਂ ਦਾ ਦੁੱਖ ਨਹੀਂ ਸੁਣਨ ਆਇਆ। ਮੁਆਵਜ਼ੇ ਦੀ ਗੱਲ ਤਾਂ ਦੂਰ ਹੈ। ਸੋ ਮੈਨੂੰ ਅੱਜ ਇਹਨਾਂ ਨੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਆ ਕੇ ਦੇਖ ਕੇ ਜਾਓ। ਹਾਲਾਂਕਿ ਅਸੀਂ ਤਾਂ ਵਿਰੋਧੀ ਧਿਰ 'ਚ ਹਾਂ, ਪਰ ਅਸੀਂ ਮਾਮਲਾ ਇਹ ਜ਼ਰੂਰ ਉਠਾਵਾਂਗੇ। ਸਾਡੇ MLA ਪਾਰਟੀ ਦੇ ਜਿਹੜੇ ਨੇ ਅਮਨ ਅਰੋੜਾ ਜੀ, ਉਹ ਵਿਧਾਨ ਸਭਾ ਦੇ ਵਿੱਚ ਮੈਂ ਉਹਨਾਂ ਨੂੰ ਕਹੂੰਗਾ ਕਿ ਸਵਾਲ ਇਹ ਲਾਓ ਕਿ ਮੰਡ ਦਾ ਇਲਾਕਾ ਜਿਹੜਾ ਇਹਦੀ ਜਿਹੜੀ ਸਾਰ ਲਓ। ਲੋਕ ਜਿਹੜੇ ਨੇ ਆ ਤੁਸੀਂ ਦੇਖ ਲਓ, ਜ਼ਮੀਨਾਂ ਜਿਹੜੀਆਂ ਇੱਦਾਂ ਲੱਗਦਾ ਜਿਵੇਂ ਟੋਭਾ ਹੋਵੇ ਜਾਂ ਦਰਿਆ ਹੋਵੇ। ਦਰਿਆ ਨਹੀਂ ਹੈਗਾ, ਇਹ ਜ਼ਮੀਨ ਆ, ਉਪਜਾਊ ਜ਼ਮੀਨ ਹੈ। ਬੜੀ ਉਪਜਾਊ ਜੀ। ਇੱਥੇ ਸਰਪੰਚ ਸਾਹਿਬ ਨੇ ਵੀ ਦੱਸਿਆ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਗਰਦਾਰੀਆਂ ਕਰਕੇ ਆ ਕੇ ਮੁੜ ਕੇ ਚਲੇ ਜਾਂਦੇ ਨੇ। AC ਕਮਰਿਆਂ 'ਚ ਬਹਿ ਕੇ ਅਫਸਰ ਜਿਹੜੇ ਨੇ ਉੱਥੋਂ ਹੀ ਮੁੜ ਜਾਂਦੇ ਨੇ। ਸ਼ਾਇਦ ਕਾਗਜ਼ਾਂ ਦੇ ਵਿੱਚ ਤਾਂ ਇਹਨਾਂ ਨੂੰ ਬਹੁਤ ਸਾਰਾ ਮੁਆਵਜ਼ਾ ਮਿਲ ਗਿਆ ਹੋਣਾ, ਪਰ ਇਹਨਾਂ ਨੂੰ ਨਹੀਂ ਮਿਲਿਆ, ਜ਼ਮੀਨ 'ਤੇ ਕੁਛ ਨਹੀਂ। ਇਸ ਇਲਾਕੇ 'ਚ ਮੈਂ ਆਇਆ ਹੁਣ, ਬਾਕੀ ਤਾਂ ਜਿੱਥੇ ਜਿੱਥੇ ਨੁਕਸਾਨ ਹੋਏ ਨੇ ਫਸਲਾਂ ਦੇ, ਜਾਂ ਸਾਡੇ ਇਲਾਕੇ 'ਚ ਵੀ ਬਹੁਤ ਸਾਰੇ ਗੜੇ ਪਏ ਜਾਂ ਹੜਾ ਘੱਗਰ ਕਰਕੇ ਸਾਡੇ ਨੁਕਸਾਨ ਹੋਇਆ, ਉੱਥੇ ਜਾਂਦੇ ਹਾਂ। ਸੋ ਅਸੀਂ ਤਾਂ ਜਿੱਥੇ ਸਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਦੁਖੀ ਨੇ, ਆਪਾਂ ਨੂੰ ਉਹਨਾਂ ਦਾ ਦੁੱਖ ਸੁਣਨਾ ਚਾਹੀਦਾ। ਚਲੋ ਇਸ ਗੱਲ ਦੇ ਡਰੋਂ ਹੀ ਆ ਜਾਣ ਵੀ ਯਾਰ ਭਗਵੰਤ ਮਾਨ ਆ ਗਿਆ ਕਿਤੇ, ਉਹਦੇ ਕਰਕੇ ਯਾਰ ਲੋਕ ਕਿਤੇ ਉੱਧਰ ਨੂੰ ਹੁਣ ਇਸ ਡਰੋਂ ਹੀ ਆ ਜਾਣ, ਕਿਸੇ ਗੱਲੋਂ ਤਾਂ ਆ ਜਾਣਗੇ, ਸਾਰ ਤਾਂ ਲੈ ਲੈਣਾ ਲੋਕਾਂ ਨੂੰ। ਦੇਖੋ ਮੰਡ ਦਾ ਇਲਾਕਾ ਹੈ, ਕੰਢੀ ਦਾ ਇਲਾਕਾ ਹੈ, ਬਾਰਡਰ ਦਾ ਇਲਾਕਾ, 3 ਇਲਾਕੇ ਆ ਜਾਣੇ, ਸਪੈਸ਼ਲ ਜ਼ੋਨ ਬਣਨੇ ਚਾਹੀਦੇ ਨੇ। ਹਰੇਕ ਮੈਨੀਫੈਸਟੋ 'ਚ ਵਾਅਦਾ ਕਰਦੇ ਨੇ ਇਹਨਾਂ ਦੇ ਨਾਂ 'ਤੇ ਵੋਟਾਂ ਲੈਣ ਦੇ ਮਾਰੇ, ਪਰ ਕੁਛ ਹੁੰਦਾ ਤਾਂ ਹੈ ਨਹੀਂ। ਦੇਖ ਲਓ ਗਰਾਊਂਡ 'ਤੇ ਕੀ ਹੋਇਆ, ਕੋਈ ਨਹਿਰੀ ਰੂਪ ਦਿਓ ਇਹਨੂੰ, ਬੰਨ ਲਾਓ। ਦੇਖੋ ਜੀ, ਦੁਨੀਆ ਚੰਦ 'ਤੇ ਜਾ ਰਹੀ ਹੈ, ਠੀਕ ਹੈ ਨਾ। ਉਹਨਾਂ ਨੇ ਸਮੁੰਦਰਾਂ ਨੂੰ ਬੰਨ ਲਾ ਲਏ ਬਾਹਰਲੇ ਮੁਲਕਾਂ ਨੇ, ਅਤੇ ਅਸੀਂ ਹਜੇ ਇਹੋ ਜਿਹਾ ਕਿਸਮਤ 'ਤੇ ਛੱਡੇ ਹੋਏ ਨੇ ਲੋਕ ਕਿ ਜੇ ਮੀਂਹ ਪੈ ਗਿਆ, ਜ਼ਿਆਦਾ ਮੀਂਹ ਪੈ ਗਿਆ ਤਾਂ ਮਾਰੇ ਗਏ, ਜੇ ਬੱਤ ਦਾ ਪੈ ਗਿਆ ਤਾਂ ਠੀਕ ਹੈ। ਸੋ ਇਹ ਆਪ ਮੁੱਖ ਮੰਤਰੀ ਸਾਹਿਬ ਤਾਂ ਖੈਰ ਇੱਥੇ ਆਉਂਦੇ ਨਹੀਂ, ਉਹਨਾਂ ਦਾ ਤਾਂ ਮੇਰੇ ਖਿਆਲ 'ਚ ਇਲਾਕਾ ਨਹੀਂ ਪੈਂਦਾ ਪੰਜਾਬ, ਉਹ ਤਾਂ ਦਿੱਲੀ ਜਾਂ ਹਿਮਾਚਲ ਦੀਆਂ ਪਹਾੜੀਆਂ 'ਚ ਰਹਿੰਦੇ ਨੇ, ਠੀਕ ਹੈ ਨਾ। ਅਤੇ ਪਰ ਹੁਣ ਕੋਈ ਮੰਤਰੀ ਜ਼ਿੰਮੇਵਾਰ ਕੋਈ ਆ ਕੇ ਇੱਥੇ ਦੇਖੇ। ਔਰ ਦੁੱਖ ਦੀ ਗੱਲ ਤਾਂ ਇਹ ਹੈ, ਹਜੇ ਤੱਕ ਮਿਨਿਸਟਰੀ ਨਹੀਂ ਬਣੀਆਂ। ਖੇਤੀਬਾੜੀ ਮੰਤਰੀ ਕੌਣ ਹੈ ਪੰਜਾਬ ਦਾ? ਕੋਈ ਵੀ ਨਹੀਂ, ਠੀਕ ਹੈ ਨਾ। ਆ ਕੇ ਦੇਖਣ, ਉਹ ਮੁਆਵਜ਼ੇ ਦੀ ਗੱਲਾਂ ਤਾਂ ਬਾਅਦ ਸ਼ੁਰੂ ਕਰਾਂਗੇ। ਸੋ ਇਸ ਕਰਕੇ ਮੈਂ ਮੰਗ ਕਰੂੰਗਾ ਕਿ ਇਹਨਾਂ ਨੂੰ ਜਿਹੜੇ ਪੀੜਿਤ ਪਿੰਡ ਨੇ ਇਹਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਭਵਿੱਖ 'ਚ ਇਹ ਕੰਮ ਨਾ ਹੋਵੇ, ਇਹਦੇ ਪ੍ਰਬੰਧ ਕੀਤੇ ਜਾਣ। ਡਿਸਾਈਡ ਕੀਤਾ ਨਾ, ਮਿਲਿਆ ਤਾਂ ਬਾਰਾਂ ਹਜ਼ਾਰ ਨਾਲ ਬਣਦਾ ਕੀ ਹੈ ਜੀ ਅੱਜ ਕੱਲ੍ਹ? 12,000 ਪੰਜਾਹ ਹਜ਼ਾਰ ਤਾਂ ਠੇਕਾ ਹੈ ਜੀ, 15,000 ਦਾ ਝੋਨਾ ਲਗਾਉਣ ਤੇ ਲੱਗਦਾ ਜੀ, 12,000 ਦਾ ਉਹ ਵੀ 12,000 ਵੀ ਤੁਸੀਂ ਤਾਂ 12,000 ਮਿਲਿਆ।
12,000 ਕਾਗਜ਼ਾਂ 'ਚ ਲਿਖਿਆ ਹੈ, ਠੀਕ ਹੈ ਨਾ। ਉਹ ਹਜੇ ਪਤਾ ਨਹੀਂ ਕਿਹਦੇ ਕਿਹਦੇ ਹਿੱਸੇ ਹੋਣਗੇ ਵਿੱਚ ਵਿੱਚ, ਪਤਾ ਨਹੀਂ ਕਿਹੜੇ ਰਾਣੇ ਹਜੇ ਰਾਜੇ ਆਉਣਗੇ ਵਿੱਚ। ਸੋ ਇਸ ਕਰਕੇ 6 ਵੀ ਨਹੀਂ ਰਹਿਣਾ ਜੀ ਇੱਥੇ। ਇਹ ਜਿਹੜਾ ਇਲਾਕਾ ਹੈ ਸੱਚੀ ਮੁੱਚੀ ਹਰ ਸਾਲ ਮਰਦਾ। ਜਾਂ ਤਾਂ ਹੋਵੇ ਨਾ ਕਿ ਅਚਾਨਕ ਆ ਗਿਆ ਜੀ, ਪਤਾ ਨਹੀਂ ਸੀ, ਕੋਈ ਕੁਦਰਤੀ ਕਰੋਪੀ ਮੰਨ ਲਾਂਗੇ। ਹਰ ਸਾਲ ਹੁੰਦਾ ਜਦੋਂ ਕੰਮ, ਤਾਂ ਇਹਦਾ ਅਗਾਊਂ ਪ੍ਰਬੰਧ ਕਰਨੇ।